जलंधर की थाना भार्गो कैंप पुलिस ने गुरु मेहर कॉलोनी से एक आरोपी को 8 पेटी अवैध शराब सहित गिरफ्तार किया है। थाना प्रभारी ने बीती रात एक व्यक्ति को 8 पेटी अवैध शराब के साथ काबू किया और पूछताछ दौरान आरोपी से 2 पेटी और शराब और एक एक्टिवा बरामद की गई है। आरोपी पवन कुमार उर्फ गोरा को अदालत में पेश किया गया है। ਦੀ ਅਗਵਾਈ ਹੇਠ ਸ਼੍ਰੀ ਅਸ਼ਵਨੀ ਕੁਮਾਰ PPS ADCP ਸਿਟੀ 2 ਅਤੇ ACP ਪਲਵਿੰਦਰ ਸਿੰਘ PPS ACP ਵੈਸਟ ਦੀ ਹਦਾਇਤਾਂ ਅਨੁਸਾਰ ਮੈਂ ਮੁਰਾਜ ਸਵੀਰ ਸਿੰਘ ਗਿੱਲ SHO ਭਾਰਗੋ ਕੈਂਪ ਆਪਣੇ ਮੁਲਾਜ਼ਮਾਂ ਦੇ ਨਾਲ ਰਲ ਕੇ ਅਸੀਂ ਪਵਨ ਕੁਮਾਰ ਉਰਫ ਗੋਰਾ ਪੁੱਤਰ ਕਿਸ਼ੋਰ ਵਾਸੀ ਚਪਲੀ ਚੌਂਕ ਭਾਰਗੋ ਕੈਂਪ ਨੂੰ ਗੁਰਮੇਹਰ ਕਲੋਨੀ ਤੋਂ ਕਾਬੂ ਕੀਤਾ ਜੀ। ਉਹਦੇ ਕੋਲੋਂ ਸਾਨੂੰ 8 ਪੇਟੀਆਂ ਕੱਲ੍ਹ ਬਰਾਮਦ ਹੋਈਆਂ। ਅੱਜ ਉਸਦੇ ਨਿਸ਼ਾਨਦੇਹੀ 'ਤੇ 2 ਪੇਟੀਆਂ ਹੋਰ ਅਤੇ 1 ਐਕਟਿਵਾ ਸਕੂਟਰ ਅਸੀਂ ਨਿਊ ਦਸ਼ਮੇਸ਼ ਨਗਰ ਜਲੰਧਰ ਤੋਂ ਬਰਾਮਦ ਕੀਤਾ ਹੈ। ਦੋਸ਼ੀ ਪਵਨ ਕੁਮਾਰ ਉਰਫ ਗੋਰਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਸਰ ਇਹ 'ਤੇ ਹੋਰ ਵੀ ਕੋਈ ਮਾਮਲਾ ਦਰਜ ਹੈ ਗਿਆ? ਇਸ ਵੇਲੇ ਅਸੀਂ ਇਹ 'ਤੇ ਹੋਰ ਵੀ ਮਾਮਲੇ ਦਰਜ ਇਸ ਬਾਰੇ ਤਫਤੀਸ਼ ਚੱਲ ਰਹੀ ਹੈ।